सब तो कद्दवर नेता सी ते मैं कह सकदा कि एक ऐसा इंसान सी जिन्होंने बार बार इस सूबे दे मुख्यमंत्री पांच बार अज दे समय विच शायद इको होण जिन्होंने पांच बार मुख्यमंत्री बनने का मौका मिलिया। और मैं कह सकदा कि उन्होंने अपने व्यवहार राही अपनी सेवा राही अपने कामकार राही मतलब जो पहचान बनाई एक लोक नायक दे तौर ते एक किसान हितैषी दे तौर ते और समाज दे हर वर्ग दे मन जीतण दे तौर ते वह हमेशा याद की जाएगी। और साहब प्रकाश सिंह बादल दीआं कुछ ऐसियां प्राप्तियां ने जिहड़ियां हिस्टोरिकल ने ते पंजाब दे विच जो परचेज सेंटर जिहड़े खोलण दे फैसला किया उन्हां दी अपनी देण सी। इस तरह जो आदर्श स्कूल खोले वह भी उन्हां दी देण सी। सूबे नूं सरपलस पावर स्टेट बनाउणा और देश दे विच पहली बार किसानां नूं बिजली मुफ्त करना उन्हां दीआं कुछ एक ऐसियां प्राप्तियां जिस ते असीं हमेशा माण करांगे। पर मैं कह सकदा कि सब तो वड्डी गल मुल्क दे विच श्रोमणी अकाली दल की पहचान देश दे संघी ढांचे नूं मजबूत करन दी अज मां जो देश दे प्रधानमंत्री जी ने भी कोऑपरेटिव फैडरल सिस्टम की जिहड़ी गल कही आ ਉਹ ਸਾਹਿਬ ਪ੍ਰਕਾਸ਼ ਸਿੰਘ ਬਾਦਲ ਵਰਗੇ ਮਹਾਨ ਨੇਤਾਵਾਂ ਦੀ ਇੱਕ ਸੋਚ ਸੀ ਸ੍ਰੀ ਅਨੰਦਪੁਰ ਸਾਹਿਬ ਦੇ ਮਤੇ ਰਾਹੀਂ ਕਿ ਦੇਸ਼ ਬਚ ਹੀ ਤਾਂ ਸਕਦਾ ਦੇਸ਼ ਤਰੱਕੀ ਹੀ ਤਾਂ ਕਰ ਸਕਦਾ ਜੇ ਦੇਸ਼ ਦੇ ਸੂਬੇ ਮਜ਼ਬੂਤ ਹੋਣਗੇ। ਜਿਹੜੀ ਗੱਲ ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਸਾਹਿਬ ਨੇ ਕਹੀ ਆ ਇਹ 1973 ਤੋਂ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਜੋ ਗੱਲ ਕਹੀ ਸੀ ਅਨੰਦਪੁਰ ਸਾਹਿਬ ਦੇ ਮਤੇ 'ਚ 1978 'ਚ ਫਿਰ ਉਹਦੀ ਵਿਆਖਿਆ ਕੀਤੀ ਸੀ ਉਹਦੇ 'ਚ ਸਾਹਿਬ ਪ੍ਰਕਾਸ਼ ਸਿੰਘ ਬਾਦਲ ਦੀ ਇੱਕ ਅਹਿਮ ਰੋਲ ਆ। ਔਰ ਮੈਂ ਕਹਿ ਸਕਦਾ ਕਿ ਦੇਸ਼ ਦੇ ਵਿੱਚ ਪਹਿਲੀ ਵਾਰੀ ਖੇਤਰੀ ਪਾਰਟੀਆਂ ਦਾ ਇਕੱਠ ਸਾਊਥ ਦੇ ਵਿੱਚ ਦੱਖਣ ਦੇ ਵਿੱਚ ਹੋਇਆ ਸੀ ਕਰੁਣਾ ਨਿਧੀ ਜੀ ਦੀ ਅਗਵਾਈ ਦੇ ਵਿੱਚ। ਉਹਦੇ ਵਿੱਚ ਸਾਹਿਬ ਪ੍ਰਕਾਸ਼ ਸਿੰਘ ਬਾਦਲ ਦੀ ਮੁੱਖ ਭੂਮਿਕਾ ਸੀ ਔਰ ਅੱਜ ਜੋ ਦੇਸ਼ ਜਿਸ ਰਾਹ 'ਤੇ ਤੁਰਿਆ ਉਸ ਰਾਹ 'ਤੇ ਤੁਰਨ ਵਿੱਚ ਸਾਹਿਬ ਪ੍ਰਕਾਸ਼ ਸਿੰਘ ਬਾਦਲ ਉਹਨਾਂ ਦਾ ਅਹਿਮ ਰੋਲ ਆ। ਅੱਜ ਉਹ ਸਾਡੇ 'ਚ ਸਰੀਰਕ ਤੌਰ 'ਤੇ ਨਹੀਂ ਰਹੇ ਪਰ ਉਹਨਾਂ ਨੇ ਇੱਕ ਐਸੀ ਪਹਿਚਾਣ ਇੱਕ ਐਸੀ ਕੰਟਰੀਬਿਊਸ਼ਨ ਦੇਸ਼ ਲਈ ਔਰ ਪੰਜਾਬ ਲਈ ਕੀਤੀ ਆ ਜਿੱਥੇ ਸਾਨੂੰ ਹਮੇਸ਼ਾ ਮਾਣ ਰਹੇਗਾ। ਔਰ ਮੈਂ ਕਹਿ ਸਕਦਾ ਕਿ ਆਖਰੀ ਸਮੇਂ ਵਿੱਚ ਵੀ ਉਹ ਪੰਜਾਬ ਦਾ ਦਰਦ ਲੈ ਕੇ ਪੰਜਾਬ ਦੀ ਪੀੜਾ ਲੈ ਕੇ ਪੰਜਾਬ ਦਾ ਫਿਕਰ ਲੈ ਕੇ ਗਏ ਨੇ। ਜਦੋਂ ਵੀ ਕਿਤੇ ਸਾਡੀ ਗੱਲ ਹੋਈ ਫਰੀਦਕੋਟ ਜਦੋਂ ਪੇਸ਼ੀ ਭੁਗਤਣ ਆਏ ਉਹਨਾਂ ਦੇ ਮੂੰਹ ਤੋਂ ਇਹੀ ਸੀ ਵੀ ਪੰਜਾਬ ਦੇ ਤਰੱਕੀ ਲਈ ਪੰਜਾਬ ਦੇ ਹਾਲਾਤਾਂ ਲਈ ਤੁਸੀਂ ਇਕੱਠੇ ਹੋ ਕੇ ਜੂਝੋ ਅੱਜ ਲੋੜ ਆ ਇਸ ਗੱਲ ਦੀ। ਪਹਿਲਾਂ ਇਸ ਤਰ੍ਹਾਂ ਦੀ ਭਾਵਨਾ ਪੰਜਾਬ ਅਤੇ ਪੰਜਾਬੀਅਤ ਦੀ ਲੈ ਕੇ ਔਰ ਸੂਬੇ ਦਾ ਨੂੰ ਦੇਸ਼ ਦਾ ਇੱਕ ਅਹਿਮ ਅੰਗ ਬਣਾ ਕੇ ਉਹ ਸਾਡੇ ਕੋਲੋਂ ਗਏ ਨੇ ਉਹਨਾਂ ਦੀਆਂ ਯਾਦਾਂ ਸਾਨੂੰ ਹਮੇਸ਼ਾ ਯਾਦ ਰਹਿਣਗੀਆਂ। ਆਖਰੀ ਵਾਰ ਫਰੀਦਕੋਟ ਜਿਹੜੇ ਪੇਸ਼ੀ ਭੁਗਤਣ ਆਏ ਸੀ ਉਦੋਂ ਮਿਲੇ ਸੀ ਕੀ ਗੱਲਬਾਤ ਹੋਈ ਸੀ ਤੁਸੀਂ ਹਸਪੀਟਲ ਦੇ ਵਿੱਚ ਉਹਨਾਂ ਨਾਲ ਮਿਲੇ ਸੀਗੇ ਉਹਨਾਂ ਨਾਲ ਹਸਪੀਟਲ ਵਿੱਚ ਤਾਂ ਅਸੀਂ ਨਹੀਂ ਮਿਲ ਸਕੇ ਸਹੀ ਗੱਲ ਆ ਕਿਉਂਕਿ ਉਹ ਚੋਣ ਜਲੰਧਰ ਦੇ ਵਿੱਚ ਅਸੀਂ ਬਿਜ਼ੀ ਸੀ ਔਰ ਸਾਨੂੰ ਉਮੀਦ ਵੀ ਨਹੀਂ ਸੀ ਵੀ ਇਹ ਭਾਣਾ ਵਰਤ ਸਕਦਾ ਪਰ ਪਰਮਾਤਮਾ ਦਾ ਭਾਣਾ ਵਰਤਿਆ ਅਤੇ ਉਹ ਤਾਲਿਆ ਨਹੀਂ ਜਾ ਸਕਦਾ। ਪਰ ਇੱਕ ਗੱਲ ਮੈਂ ਕਹਿ ਸਕਦਾ ਕਿ ਜਦੋਂ ਵੀ ਉਹ ਗੱਲ ਕਰਦੇ ਸੀ ਉਹਨਾਂ ਦੇ ਮਨ ਦੀ ਇਹੀ ਇੱਛਾ ਹੁੰਦੀ ਸੀ ਕਿ ਪੰਜਾਬ ਅਤੇ ਪੰਜਾਬੀ ਦੀ ਰਾਖੀ ਲਈ ਲੜਦੇ ਰਹੋ ਔਰ ਉਹਨਾਂ ਨੇ ਜਿਹੜੀ ਇੱਕ ਬੜੀ ਵੱਡੀ ਮਤਲਬ ਸੰਘਰਸ਼ਸ਼ੀਲ ਜੀਵਨ ਜੀ ਕੇ ਆਪਣੀ ਪਹਿਚਾਣ ਬਣਾਈ ਆ ਉਹ ਤੋਂ ਸਾਨੂੰ ਬਹੁਤ ਸਿੱਖਣ ਨੂੰ ਮਿਲਿਆ। ਇਸ ਔਖੀ ਘੜੀ ਦੇ ਵਿੱਚ ਲੱਗਦਾ ਕਿ ਤੁਸੀਂ ਹੁਣ ਜਲੰਧਰ ਦੀਆਂ ਚੋਣਾਂ ਦੇ ਵੱਲ ਅਕਾਲੀ ਦਲ ਧਿਆਨ ਦੇ ਪਾਏਗਾ? ਦੇਖੋ ਗੱਲ ਇਹ ਆ ਵੀ ਸਦਮਾ ਤਾਂ ਬਹੁਤ ਵੱਡਾ ਦੁੱਖ ਤਾਂ ਬਹੁਤ ਵੱਡਾ ਔਰ ਐਸੇ ਹਾਲਾਤਾਂ ਦੇ ਵਿੱਚ ਸਾਡੀ ਪ੍ਰਾਇਓਰਟੀ ਤਾਂ ਇਸ ਸਦਮੇ ਦੇ ਵਿੱਚ ਪਰਿਵਾਰ ਦੇ ਨਾਲ ਖੜ੍ਹਨ ਦੀ ਹੈ ਅਤੇ ਪਰ ਨਾਲ ਨਾਲ ਕੁਦਰਤੀ ਤੌਰ 'ਤੇ ਜਿਹੜੇ ਰਾਜਸੀ ਕੰਮ ਹੁੰਦੇ ਆ ਉਹ ਵੀ ਚੱਲਦੇ ਰਹਿੰਦੇ ਨੇ ਪਰ ਹਾਲ ਦੀ ਘੜੀ ਤਾਂ ਸਾਡੀ ਪ੍ਰਾਇਓਰਟੀ ਪਰਿਵਾਰ ਨਾਲ ਕੋਈ ਜੁੜਿਆ ਕਿੱਸਾ ਜਾਂ ਪ੍ਰਕਾਸ਼ ਸਿੰਘ ਅਜਿਹੀ ਗੱਲ ਜਿਹੜੀ ਤੁਹਾਡੀ ਹਮੇਸ਼ਾ ਯਾਦ ਰਹੇਗੀ ਕਿ ਕਿਉਂਕਿ ਉਹ ਯਾਦਗਾਰ ਕਿਸੇ ਪਾਰਟੀ ਦੇ ਅੰਦਰ ਐਨਡੀਏ ਦੇ ਅੰਦਰ ਔਰ ਆਪਣੇ ਆਪ ਦੇ ਵਿੱਚ ਸੰਗਤ ਦਰਸ਼ਨ ਵਰਗਾ ਇੱਕ ਵੱਡਾ ਕਨਸੈਪਟ ਉਹਨਾਂ ਦੀ ਦੇਣ ਸੀ। ਦੇਖੋ ਸੰਗਤ ਦਰਸ਼ਨ ਵੀ ਉਹਨਾਂ ਦਾ ਬਹੁਤ ਵੱਡੀ ਦੇਣ ਸੀ ਔਰ ਸੰਗਤ ਦਰਸ਼ਨ ਦੇ ਵਿੱਚ ਵੀ ਮੇਰਾ ਖਿਆਲ ਕੋਈ ਐਸਾ ਲੀਡਰ ਨਹੀਂ ਹੋਣਾ ਜਿਹਨੇ ਜੋ ਮੰਗਿਆ ਉਹ ਤੋਂ ਉਹਨੂੰ ਦੁੱਗਣਾ ਨਾ ਦਿੱਤਾ ਹੋਵੇ। ਉਹਨਾਂ ਦੀ ਫਰਾਕ ਦਿਲੀ ਵੀ ਸੀ ਉਹਨਾਂ ਦੀ ਸਹਿਣਸ਼ੀਲਤਾ ਵੀ ਸੀ ਉਹਨਾਂ ਦਾ ਸੁਭਾਅ ਵੀ ਸੀ। ਮੈਂ ਦੇਖਿਆ ਉਹ ਛੋਟੇ ਤੋਂ ਛੋਟੇ ਵਰਕਰ ਨੂੰ ਵੀ ਪਿਆਰ ਕਰਦੇ ਸੀ ਵੱਡੇ ਤੋਂ ਵੱਡੇ ਲੀਡਰ ਨਾਲ ਵੀ ਔਰ ਮੈਂ ਸਮਝਦਾ ਕਿ ਮੈਨੂੰ ਤਾਂ ਇਸ ਗੱਲ ਦਾ ਮਾਣ ਆ ਵੀ ਰਾਜਨੀਤੀ ਵਿੱਚ ਮੈਂ ਜਦੋਂ ਆਇਆ ਅਤੇ ਜਦੋਂ ਵੀ ਕੋਈ ਅਹਿਮ ਕ੍ਰਾਈਸਿਸ ਆਏ ਮਤਲਬ ਉਹਨਾਂ ਨੇ ਹਮੇਸ਼ਾ ਮੇਰੀ ਗੱਲ ਮੰਨੀ
जो किसान जथेबंदियों के संघर्षी कैप्टन अमरिंदर सिंह की सरकार सवे कुछ किसान मारे गए थे ट्राइडेंट का मामला सी ते उदों वो साड़ी सरकार बनी ते किसान जथेबंदियों वाले मेरे को आए भी कैप्टन अमरिंदर सिंह ने साडे किसान मारते सी उन्हां दे राज च ते सानू वो हक दवाओ ते मैं बादल साहब नाल गल कीती हालांकि पार्टी च कई गल्लां भी सी पर जो मैं कहा उही कीता ते फिर उदों बाद भी कई बार जिवें लेबर नूं भी कंपनसेशन देना यह शायद पहली बारी सी सो इस तरह दी गल्लां भी जिहड़ियां वो साडी हर गल जिहड़ी दलील नाल सी कहिंदे सी वो मान लेंदे सी वो इन्हां दा उन्हां दा गुण सी ते पार्टी विच जदों भी कितें क्राइसिस आए वो आम कंसेंस तैयार करके उन्होंने सॉल्व कर लेंगे ये भी उन्होंने एक बहुत बड़ा गुण शायद लोग पंजाब का समझ लेकिन ये इंसान पंजाब वास्ते देश वास्ते गरीबों वास्ते सारी जिंदगी सोचता रहा ते लड़ता रहा जिंदगी च बड़े बड़े रिस्क लैके जो ये सी कि इस तो बाद जेलों चो निकल नहीं सकते आइसोलेशन दियाँ वो जेलों कट के भी देश वास्ते लड़ाई लड़ी जिथों तक उन्हों का काम करता ढंग से जिंदगी च विरोधी किसी को समझिया नहीं मैनू 50-55 साल हो गए नाल रब की कृपा नाल मैनू प्यार करते सी भरोसे च सी कारण उन्होंने पता होना मैनू कोई पता नहीं लेकिन मैं जिस दिन तो 72 चो MLA बन के आया तकरीबन लगातार हर औखे सौखे समय च गुरु ने सिर ते हथ रख के उन्होंने डांड भाई तो मैं देखिया कदे किसी का नुकसान करके राजी नहीं सी हर बंदे का दुख सुन के कोशिश करते मैं हल करा इस करके जे उन्होंने एक घंटा भी मैं उन्होंने गुणा कही थोड़ा है उन्होंने गुणा का उन्होंने असूलों का जिंदगी सारी आखिरी सह तक घड़ी के नाल बताई इस बजे उठना है इस बजे पाठ करना है इस बजे थोड़ा शरीर की एक्सरसाइज करनी है सही 8 बजे जाके तैयार होकर लोगों को सुन बैठ जाना रात के 11-12 बजे तक जो जवान सी काम करते अकते नहीं सी थकते नहीं सी औखे समय च भी कदे घबराते नहीं सी बड़ी तो बड़े बोलते कौड़ा सी नहीं लेकिन जो किसी गल ते खड़ जाते सूलते फिर डरते नहीं सी घबराते नहीं सी कहते हूँ आप खड़ गए हाँ ये असूल ठीक है आप ते पहरा देना है जिंदगी रहे ना रहे अज उन्हां दा जाना समुचे देश वास्ते समुची कौम वास्ते ते पंजाब दे लोकां वास्ते ते पंजाब दी जनता वास्ते गरीब मजदूर किसान दुकानदार मुलाजम वास्ते हर वास्ते बहुत बड़ा घाटा है मैनूं पता कि हर वर्ग दा करके गए ने दुनिया ज्यौंदे नूं पूजदी नहीं याद नहीं करदी मुकाबले दी लड़ाई हुंदी है लेकिन बाद च लोगों को पता लगू की इतिहास रच के गए बरासते खालसा वर्गे गलियारे वर्गे जंगे आजादी वर्गे फौजियां दी यादगार वर्गे बाबा बाल्मीक वर्गे बाबा रविदास वर्गे जो सारे मुसलमान भरावां दी यादगारां वास्ते मैं समझदा हां कि पंजाब दे विच इस तो पहला ना तो इस तरह का कोई लीडर होया और ना ही आना जो मैं सियासत दे विच एंट्री हुई मेरी तो बादल साहब ने मैनूं कहा सेखों साहब दो गल्लां जिंदगी दे विच लड़ बन लो एक तो टाइम ते पहुँचना हरेक दा और दूसरा जो कहना है वो करना है उन्ना की कहो जिन्ना कि कर सकते वो मैन ऑफ दी कमिटमेंट सीगे और उन्होंने जो कहा वो पूरा किया अज मैं समझदा कि पंजाब में बहुत वड्डा जिते घाटा पिया है देश में घाटा पिया इस तरह के लीडर बहुत घट जमदे है तो कोई व्याख्या नहीं की जा सकती इन्ना वड्डा घाटा पिया है जिते परिवार को भी बहुत वड्डा घाटा पिया है पंजाब में पिया देश पिया उत्थे मैनू निजी तौर पर बहुत वड्डा घाटा पिया क्योंकि मैनू तो उन्हां दा वड्डे भरावां वर्गा जिहड़ा प्यार मिलदा सी और हमेशा मेरे ते हथ रहा उन्हां दा अज जो कुछ भी मैं हाँ सियासत दे विच
ਉਹਨਾਂ ਕਰਕੇ ਹਾਂ ਸੋ ਬਹੁਤ ਦੁਖਦਾਈ ਘਟਨਾ ਵਾਪਰੀ ਹੈ। ਅਰਦਾਸ ਕਰਦੇ ਹਾਂ ਸਤਿਗੁਰਾਂ ਅੱਗੇ ਵਾਹਿਗੁਰੂ ਅੱਗੇ ਸ਼੍ਰੀ ਰੂਹ ਨੂੰ ਆਪਦੇ ਚਰਨਾਂ 'ਚ ਨਿਵਾਸ ਕਰਦੇ ਇੰਨਾ ਹੀ ਕਹਿੰਦਾ ਹੈ। ਸਭ ਤੋਂ ਵੱਡੀ ਗੱਲ ਵੀ ਕਿਸਾਨਾਂ ਦਾ ਮਸੀਹਾ ਸੀ ਕਿ ਅੱਜ ਜਿਹੜੇ ਆਊਟਲੈਟ ਬਣ ਰਹੇ ਨੇ ਆਪਾਂ ਦੇਖਿਆ ਜਦੋਂ ਇਹ 78 ਦੇ ਵਿੱਚ ਮੁੱਖ ਮੰਤਰੀ ਬਣੇ ਇਹਦਾ ਸੁਪਨਾ ਸੀ ਜਿਹੜੇ ਫੋਕਲ ਪੁਆਇੰਟ ਸੀ ਕਿ ਕਿੱਦਾਂ ਅਸੀਂ ਬਿਹਾਰ ਦੇ ਵਿੱਚ ਵਧੀਆ ਜਿਹੜੀਆਂ ਮੰਡੀਆਂ ਪਲੱਸ ਉੱਥੇ ਬੈਂਕ ਵੀ ਹੋ ਹਰ ਫੈਸਿਲਿਟੀ ਹੋਵੇ ਇਹਨਾਂ ਨੇ ਉਸ ਵੇਲੇ ਬਣਾਏ ਸੀ। ਸ਼ਾਇਦ ਉਹ ਬਾਅਦ ਵਿੱਚ ਭਾਵੇਂ ਨਹੀਂ ਚੱਲ ਸਕੇ ਕਿਉਂਕਿ ਇਹਨਾਂ ਨੂੰ ਬੜਾ ਘੱਟ ਸਮਾਂ ਮਿਲਿਆ ਸੀ ਉਸ ਵੇਲੇ, ਪਰ ਅੱਜ ਉਸੇ ਜਿਹੜੀ ਉਹ ਆਪਣੀ ਆਈਡੀਓਲੋਜੀ ਹੈ ਉਹਦੀ ਸੋਚ ਨੂੰ ਅੱਜ ਬੁਰ ਪੈ ਰਿਹਾ। ਇਸ ਕਰਕੇ ਬਾਦਲ ਸਾਹਿਬ ਵਰਗਾ ਇੱਕ ਕੱਦਾਵਰ ਲੀਡਰ ਜਾਣਾ ਇਹ ਬਹੁਤ ਵੱਡਾ ਲੌਸ ਸਾਡੀ ਕੌਮ ਵਾਸਤੇ। ਸਰ ਜਿਸ ਤਰ੍ਹਾਂ ਤਾਂ ਉਹਨਾਂ ਦਾ ਸੁਭਾਅ ਸੀ ਬੜੀ ਸਹਾਇਤਾ ਦੇ ਨਾਲ, ਅਸੀਂ ਦੇਖਦੇ ਹਾਂ ਕਿ ਕਈ ਵਾਰ ਕਿਸੇ ਲੀਡਰ ਨੂੰ ਕੋਈ ਸਵਾਲ ਨਾ ਚੰਗਾ ਲੱਗੇ ਤਾਂ ਸ਼ਾਇਦ ਉਹ ਹਾਈਪਰ ਹੋ ਜਾਂਦਾ, ਤੁਸੀਂ ਕਦੇ ਇੱਦਾਂ ਦੇਖਿਆ ਕਿ ਪ੍ਰਕਾਸ਼ ਸਿੰਘ ਬਾਦਲ ਨੇ ਅੱਜ ਤੱਕ ਕਦੇ ਪੇਸ਼ੇ ਨੂੰ ਨਹੀਂ ਕੀਤੀ ਆਪਣੀ, ਔਰ ਇੱਕ ਗੱਲ ਦੇ ਨਾਲ ਸਾਰੇ ਬੰਦਿਆਂ ਨੂੰ ਚੁੱਪ ਕਰਾਉਂਦੇ ਸੀ ਕਿ ਕਾਕਾ ਜੀ ਕੋਈ ਗੱਲ ਨਹੀਂ ਤੁਸੀਂ ਮੇਰੇ ਕੋਲ ਘਰ ਆ ਜਾਓ ਬੈਠ ਕੇ ਚਾਹ ਵੀ ਪੀਵਾਂਗੇ ਤੁਹਾਡਾ ਕੰਮ ਵੀ ਕਰਾਂਗੇ। ਕਦੇ ਜਮਾਂ ਕਦੇ ਜੋਬ ਦੀ ਵਿਰੋਧੀ ਧਿਰ ਚ ਹੁੰਦਿਆਂ ਤੁਹਾਨੂੰ ਤੁਸੀਂ ਕਦੇ ਕੰਮ ਲੈ ਕੇ ਗਏ ਹੋਵੋ ਤੁਹਾਡੇ ਨਾਲ ਕਦੇ ਕੋਈ ਚਰਚਾ ਹੋਈ ਹੋਵੇ? ਹਮੇਸ਼ਾ ਹੀ ਇੱਕ ਬਹੁਤ ਮਿਲਵਰਤਨ ਵਾਲਾ ਜੀ, ਬਹੁਤ ਅੱਛੀ ਸੋਚ ਵਾਲਾ, ਔਰ ਕਦੇ ਅਸੀਂ ਪਰਸਨ ਉਹਦੇ ਘਰ ਜਾ ਕੇ ਮਿਲਣ ਗਏ ਆ ਤਾਂ ਜਿੰਨਾ ਸਤਿਕਾਰ ਸਾਹਿਬ ਉਹ ਆਪਣੇ ਐਮਐਲਏ ਨੂੰ ਜਿੰਨਾ ਵਿਰੋਧੀ ਐਮਐਲਏ ਦਿੰਦੇ। ਕਦੇ ਲੱਗਦਾ ਸੀ ਕਿ ਜਦੋਂ ਵਿਰੋਧੀ ਧਿਰ ਦੇ ਵਿੱਚੋਂ ਤਾਂ ਸ਼ਾਇਦ ਦੂਜੀ ਪਾਰਟੀ ਦੀ ਸਰਕਾਰ ਹੈ, ਅਤੇ ਜਿਸ ਤਰ੍ਹਾਂ ਕਈ ਵਾਰੀ ਅਸੀਂ ਦੇਖਦੇ ਹਾਂ ਕਦੇ ਇਸ ਤਰ੍ਹਾਂ ਦਾ ਫੀਲ ਹੁੰਦਾ ਸੀ? ਕਦੇ ਮਹਿਸੂਸ ਹੀ ਨਹੀਂ ਹੋਇਆ। ਮੈਂ ਦੋ ਚਾਰ ਵਾਰੀ ਮੇਰਾ ਗਿਆ ਉੱਥੇ ਤਾਂ ਉਹਨਾਂ ਨੇ ਉਸੇ ਵੇਲੇ ਉਹਦੇ ਐਕਸ਼ਨ ਲਿਆ ਕੰਮ ਕੀਤਾ।